ਅੱਜ ਅਸੀਂ ਨੌਜਵਾਨ ਭਾਰਤ ਸਭਾ ਤੇ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਆਰਐਸਐਸ ਦਾ ਦਫਤਰ ਦਾ ਘਰਾਓ ਜਿਹੜਾ ਕੀਤਾ ਹੈਗਾ। ਅਸੀਂ ਐਲਾਨ ਕੀਤਾ ਸੀਗਾ ਕਿ ਖੇਤੀ ਕਾਨੂੰਨਾਂ ਦੇ ਖਿਲਾਫ ਅਸੀਂ ਘਰਾਓ ਕਰਾਂਗੇ, ਤੇ ਉਹ ਅਸੀਂ ਘਰਾਓ ਕੀਤਾ ਅੱਜ। ਔਰ ਸਾਡੀ ਅੱਜ ਦੀ ਮੰਗ ਆ ਕਿ ਆਰਐਸਐਸ ਆਪਦੇ ਆਪ ਨੂੰ ਸਭ ਤੋਂ ਵੱਡੀ ਕੌਮ ਦੀ ਨਿਰਮਾਤਾ ਸੰਸਥਾ ਕਹਿੰਦੀ ਹੈ, ਔਰ ਅੱਜ ਸਾਡੀ ਕੌਮ ਸਾਡੇ ਰਾਸ਼ਟਰ ਦੀ ਜਿਹੜੀ ਕੁੱਲ ਸੰਪਤੀ ਆ ਸਮੇਤ ਸਾਡੀਆਂ ਜ਼ਮੀਨਾਂ ਸਾਡੀ ਖੇਤੀ ਉਹਨੂੰ ਮੋਦੀ ਸਰਕਾਰ ਕਾਰਪੋਰੇਟਾਂ ਕੋਲੇ ਗਿਰਵੀ ਰੱਖ ਰਹੀ ਹੈ, ਤਾਂ ਫਿਰ ਅੱਜ ਆਰਐਸਐਸ ਰਾਸ਼ਟਰ ਦੇ ਹਿੱਤ 'ਚ ਖੜਨ ਦੀ ਬਜਾਏ ਕਾਰਪੋਰੇਟ ਦੇ ਹਿੱਤ ਦੇ ਵਿੱਚ ਕਿਉਂ ਖੜ ਰਹੀ ਹੈ? ਦੂਸਰਾ, ਇਹਨਾਂ ਖੇਤੀ ਕਾਨੂੰਨਾਂ ਦੇ ਨਾਲ ਸਿੱਖ, ਈਸਾਈ, ਮੁਸਲਿਮ ਕਿਸਾਨੀ ਦੇ ਨਾਲ ਹਿੰਦੂ ਕਿਸਾਨੀ ਵੀ ਰਗੜੀ ਜਾਣੀ ਆ, ਅਤੇ ਆਪਦੇ ਆਪ ਨੂੰ ਦੇਸ਼ ਭਗਤ ਔਰ ਹਿੰਦੂ ਰਾਸ਼ਟਰ ਦੇ ਨਾਮ 'ਤੇ ਸਿਆਸਤ ਕਰਨ ਵਾਲੀ ਜਿਹੜੀ ਆਰਐਸਐਸ ਆ ਉਹ ਅੱਜ ਹਿੰਦੂ ਕਿਸਾਨੀ ਨਾਲ ਖੜਨ ਦੀ ਬਜਾਏ ਅਬਾਨੀਆਂ ਅਡਾਨੀਆਂ ਨਾਲ ਜਾ ਕੇ ਜਿਹੜੀ ਆ ਉਹ ਖੜ ਗਈ ਹੈ। ਅਸੀਂ ਅੱਜ ਦੇ ਰੋਸ ਪ੍ਰਦਰਸ਼ਨ 'ਚ ਮੰਗ ਕੀਤੀ ਹੈ ਕਿ ਪਹਿਲਾਂ ਤਾਂ ਜਿਹੜੇ ਭਾਜਪਾ ਦੇ ਲੀਡਰ ਭੜਕਾਊ ਬਿਆਨ ਦੇ ਰਹੇ ਆ ਕਿ ਜਿਹੜਾ ਸਾਡੇ ਦਫ਼ਤਰਾਂ ਨੂੰ ਆਊਗਾ ਉਹ ਵਾਪਸ ਸਟੇਚਰਾਂ 'ਤੇ ਜਾਊਗਾ, ਇਹੋ ਜਿਹੇ ਆਗੂਆਂ ਦੇ ਪਰਚੇ ਦਰਜ ਹੋਣੇ ਚਾਹੀਦੇ ਆ। ਸਾਡੇ ਸੰਗਰੂਰ 'ਚ ਸਾਥੀ ਜਿਹੜੇ ਆ ਜੇਲੀ ਟੱਕੇ ਹੋਏ ਆ, ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਸੀ ਆਰਐਸਐਸ ਦਫ਼ਤਰ ਦੇ ਬਾਹਰ, ਉਹਨਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ ਔਰ ਖੇਤੀ ਕਾਨੂੰਨ ਜਿਹੜੇ ਆ ਤੁਰੰਤ ਰੱਦ ਕੀਤੇ ਜਾਣ। ਮੋਦੀ ਸਰਕਾਰ ਜਿਹੜਾ ਕਿਸਾਨਾਂ ਨੂੰ ਦਿੱਲੀ ਬੁਲਾ ਕੇ ਬੇਵਕੂਫ ਬਣਾ ਰਹੀ ਹੈ, ਇੱਥੋਂ ਬੁਲਾ ਲੈਂਦੇ ਤੇ ਕੋਈ ਮੰਤਰੀ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੁੰਦਾ ਹੈਗਾ, ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਆ, ਕਹਿੰਦੇ ਅਸੀਂ ਪੰਜਾਬੀ 'ਚ ਟਰਾਂਸਲੇਟ ਕਰਕੇ ਤੁਹਾਨੂੰ ਕਾਨੂੰਨ ਪੜ੍ਹਾਵਾਂਗੇ, ਤੁਹਾਨੂੰ ਪੜ੍ਹਨੇ ਨਹੀਂ ਆਉਂਦੇਗੇ। ਪੰਜਾਬ ਦੀ ਜਿਹੜੀ ਕਿਸਾਨੀ ਲੀਡਰਸ਼ਿਪ ਆ ਉਹ ਵੈੱਲ ਐਜੂਕੇਟਡ ਆ ਔਰ ਵੈੱਲ ਡਿਸਿਪਲਿਨਡ ਜਿਹੜੀ ਲੀਡਰਸ਼ਿਪ ਆ ਇਹ ਇਹਨਾਂ ਨੂੰ ਅਨਪੜ੍ਹ ਸਮਝਦੇ ਆ। ਅਸੀਂ ਮੋਦੀ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਅੱਜ ਨੌਜਵਾਨਾਂ ਵੱਲੋਂ ਅਸੀਂ ਖੇਤੀ ਕਾਨੂੰਨਾਂ ਦੇ ਖਿਲਾਫ ਸੜਕਾਂ 'ਤੇ ਆਏ ਹਾਂ, ਜੇ ਇਹੋ ਜਿਹੀਆਂ ਹਰਕਤਾਂ ਤੋਂ ਬਾਅਦ ਨਹੀਂ ਆਉਂਦੇ, ਢੰਗ ਨਾਲ ਗੱਲ ਨਹੀਂ ਕਰਦੇ, ਖੇਤੀ ਕਾਨੂੰਨ ਵਾਪਸ ਨਹੀਂ ਲੈਂਦੇ, ਤਾਂ ਮੋਦੀ ਸਰਕਾਰ ਨੂੰ ਬਹੁਤ ਮਾੜੇ ਨਤੀਜੇ ਭੁਗਤਣੇ। ਸਭਾ ਕੀ ਤਰਫ ਸੇ ਆਪਕੇ ਆਰਐਸਐਸ ਕੇ ਦਫ਼ਤਰ ਕਾ ਗਿਰਾਵ ਕੀਆ ਗਿਆ, ਪਹਿਲੇ ਵੀ ਸੰਗਰੂਰ ਮੇਂ ਹੁਆ, ਕਿਆ ਕਹੋਗੇ? ਇਹ ਜਿਹੜਾ ਕਮਿਊਨਿਸਟ ਵਿਚਾਰਧਾਰਾ ਦੇ ਲੋਕਾਂ ਦੇ ਦੁਆਰਾ ਪੰਜਾਬ ਦੇ ਇਹ ਸਾਡਾ ਦੂਸਰਾ ਦਫ਼ਤਰ ਹੈ ਜਿਹਦੇ ਉੱਤੇ ਇਹ ਘਿਰਾਓ ਕਰਨ ਦੀ ਜਿਹੜੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ, ਇਸ ਤੋਂ ਪਹਿਲਾਂ ਉਹਨਾਂ ਨੇ ਸੰਗਰੂਰ ਦੇ ਵਿੱਚ ਜਿਹੜਾ ਸਾਡਾ ਸੰਘ ਦਾ ਕਾਰਿਆਲਾ ਹੈ ਉੱਥੇ ਉਹਨਾਂ ਨੇ ਘਿਰਾਓ ਕੀਤਾ ਔਰ ਉੱਥੇ ਬੋਰਡ ਦੇ ਉੱਤੇ ਕਾਲੀ ਪੋਤੀ, ਔਰ ਜਿਹੜੀ ਸਭ ਤੋਂ ਬੜੀ ਚੀਜ਼ ਹੈ ਵਾਸਤੋ ਦੇ ਵਿੱਚ ਜਿਹੜੀ ਕਮਿਊਨਿਸਟ ਵਿਚਾਰਧਾਰਾ ਹੈ ਉਸਦਾ ਮਤਲਬ ਹੈ ਹਿੰਦੂਆਂ ਦੇ ਲਈ, ਹਿੰਦੁੱਤ ਦੇ ਲਈ ਇੱਕ ਅਸ਼ਰਧਾ ਦਾ ਭਾਵ ਪੈਦਾ ਕਰਨਾ, ਉਹਦੇ ਪ੍ਰਤੀ ਘਿਰਣਾ ਦਾ ਭਾਵ ਪੈਦਾ ਕਰਨਾ। ਇਸ ਕਰਕੇ ਮੈਂ ਮੀਡੀਆ ਦੇ ਰਾਹੀਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਉੱਥੇ ਉਹਨਾਂ ਨੇ ਸਵਾਸਤਿਕ ਦਾ ਨਿਸ਼ਾਨ ਬਣਾ ਕੇ ਜਿਹੜਾ ਕਿ ਬੜਾ ਪਰਮ ਪੂਜਨੀ ਚਿੰਨ੍ਹ ਜਿਹੜਾ ਹੈ ਸਾਰੇ ਹਿੰਦੂ ਸਮਾਜ ਲਈ ਹੈ, ਉਹਨੂੰ ਕਾਂਟਾ ਮਾਰ ਕੇ ਉਸਦਾ ਅਪਮਾਨ ਕੀਤਾ ਹੈ। ਤਾਂ ਕੁੱਲ ਮਿਲਾ ਕਰਕੇ ਜਿਹੜੀ ਵਿਚਾਰਧਾਰਾ ਜਿਹੜੀ ਧਰਮ ਨੂੰ ਨਹੀਂ ਮੰਨਦੀ ਔਰ ਇਸੇ ਕਰਕੇ ਉਹ ਹਿੰਦੁਸਤਾਨ ਦੇ ਵਿੱਚ ਹਿੰਦੂ ਧਰਮ ਦੇ ਖਿਲਾਫ ਇੱਕ ਬਹੁਤ ਬੜੀ ਸਾਜ਼ਿਸ਼ ਜਿਹੜੀ ਹੈ ਉਹ ਕਰਦੀ ਹੈ। ਔਰ ਦੂਸਰਾ, ਅੱਜ ਮੋਗਾ ਦੇ ਵਿੱਚ ਜਿਸ ਤਰ੍ਹਾਂ ਦਾ ਉਹਨਾਂ ਨੇ ਇਹ ਅੱਜ ਆਰਐਸਐਸ ਦੇ ਆਫਿਸ ਦੇ ਘਿਰਾਓ ਦੀ ਗੱਲ ਕੀਤੀ ਹੈ, ਮੈਂ ਇਸ ਦੀ ਘੋਰ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਔਰ ਮੈਂ ਪੰਜਾਬ ਦੇ ਸਾਰੇ ਕਿਸਾਨ ਜਥੇਬੰਦੀ ਸਮਾਜਿਕ ਸੰਸਥਾਵਾਂ ਨੂੰ ਇਹ ਕਹਾਂਗਾ ਕਿ ਕਿਸਾਨ ਅੰਦੋਲਨ ਦੀ ਆੜ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਕੁਝ ਹੀ ਰਾਜਨੀਤਿਕ ਇੱਛਾ ਹੈ ਔਰ ਜਿਹੜੀ ਹਿੰਦੂ ਧਰਮ ਦੇ ਖਿਲਾਫ ਇੱਕ ਜਿਹੜੀ ਉਹਨਾਂ ਦੇ ਮਨ ਦੇ ਵਿੱਚ ਘਿਰਣਾ ਪੈਦਾ ਹੋਈ ਹੈ, ਭਰੀ ਹੋਈ ਹੈ, ਉਸ ਨੂੰ ਇਹ ਪ੍ਰਗਟ ਕਰਨ ਦਾ ਬੜਾ ਉੱਚਾ ਜਿਹੜਾ ਹੈ ਉਹ ਉਹਨਾਂ ਦਾ ਪ੍ਰਯਾਸ ਹੈ। ਮੈਂ ਇਸ ਦੀ ਨਿੰਦਾ ਕਰਦਾ ਔਰ ਮੈਂ ਇਹ ਸਾਰੇ ਮੀਡੀਆ ਦੇ ਰਾਹੀਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਸ ਤਰ੍ਹਾਂ ਦੇ ਪ੍ਰਯਾਸ ਜਿਹੜੇ ਨੇ ਕਦੇ ਸਫਲ ਨਹੀਂ ਹੋ ਸਕਦੇ। ਇਹ ਕਮਿਊਨਿਸਟਾਂ ਦਾ ਜਿਹੜਾ ਇਤਿਹਾਸ ਹੈ ਇਹ ਹਿੰਸਾ ਦਾ ਇਤਿਹਾਸ ਹੈ, ਸਾਰੀ ਨਕਸਲਵਾਦੀ ਜਿਹੜੀ ਨਕਸਲੀ ਹਿੰਸਾ ਇਹਨਾਂ ਦੇ ਦੁਆਰਾ ਪੂਰੇ ਦੇਸ਼ ਭਰ ਦੇ ਵਿੱਚ ਕੀਤੀ ਜਾ ਰਹੀ ਹੈ। ਬੰਗਾਲ ਔਰ ਕੇਰਲ ਇਹ ਦੋ ਐਸੇ ਉਹਨਾਂ ਦੇ ਅੱਡੇ ਨੇ ਜਿੱਥੇ ਇੱਕ ਬੜਾ ਹੀ ਰਕਤ ਰੰਜਿਤ ਜਿਹੜਾ ਹੈ ਉਹਨਾਂ ਦਾ ਇਤਿਹਾਸ ਰਿਹਾ ਹੈ। ਲਗਭਗ 28,000 ਤੋਂ ਵੱਧ ਵਿਰੋਧੀਆਂ ਦੀ ਹੱਤਿਆ ਔਰ ਸਾਰਾ ਬੰਗਾਲ ਦਾ ਉਦਯੋਗ ਤਬਾਹ ਕਰਨ ਦਾ ਜਿਹੜਾ ਜ਼ਿੰਮਾ ਹੈ ਇਹ ਕਮਿਊਨਿਸਟਾਂ ਦੇ
ਸਿਰ ਹੈ। ਹੁਣ ਕੇਰਲ ਦੇ ਵਿੱਚ ਇਸ ਤਰ੍ਹਾਂ ਦਾ ਹੀ ਉਹਨਾਂ ਦਾ ਸਾਰਾ ਕੰਮ ਚੱਲ ਰਿਹਾ। ਸਾਰੀ ਦੁਨੀਆ ਦੇ ਵਿੱਚ ਕਦੇ ਕਮਿਊਨਿਜ਼ਮ ਦੀ ਵਿਚਾਰਧਾਰਾ ਸੀ, ਅੱਜ ਸਭ ਜਗ੍ਹਾ ਤੋਂ ਫੇਲ ਹੁੰਦਾ ਹੋਇਆ ਭਾਰਤ ਦੇ ਵਿੱਚ ਸਿਰਫ ਇਹ ਕੇਰਲ 'ਚ ਬਚਿਆ। ਔਰ ਪੰਜਾਬ ਦੇ ਵਿੱਚ ਵੀ ਉਹ ਆਪਣੀ ਵਿਚਾਰਧਾਰਾ ਦੇ ਨਾਲ ਲੋਕਾਂ ਨੂੰ ਜੋੜਨ ਦੀ ਬਜਾਏ ਤੋੜਨ ਦਾ ਕੰਮ ਕਰ ਰਹੇ ਨੇ। ਉਹਨਾਂ ਨੂੰ ਲੱਗਦਾ ਵੀ RSS ਜਿਹੜਾ ਹੈ ਇਹ ਸਮਾਜ ਨੂੰ ਜੋੜਨ ਦਾ ਕੰਮ ਕਰਦਾ, ਇਸ ਕਰਕੇ ਉਸਦੇ ਦਫ਼ਤਰ ਦੇ ਉੱਤੇ ਅਟੈਕ ਕਰਕੇ ਉੱਥੇ ਕਾਰਕਰਤਾ ਨੂੰ ਡਰਾ ਕੇ ਧਮਕਾ ਕੇ ਉਹ ਆਪਣਾ ਲਕਸ਼ ਪੂਰਾ ਕਰ ਸਕਦੇ ਨੇ। ਤਾਂ ਮੈਨੂੰ ਲੱਗਦਾ ਹੈ ਕਿ ਸਾਰਾ ਸੰਭਵ ਨਹੀਂ ਹੈ। ਸੰਘ ਇੱਕ ਬੜਾ ਅਨੁਸ਼ਾਸਿਤ ਔਰ ਬੜਾ ਪਰਿਪੱਕ ਸੰਗਠਨ ਹੈ, ਉਹ ਆਪਣੀ ਸਾਰੀ ਚੀਜ਼ਾਂ ਨੂੰ ਸਮਝਦਾ ਹੈ। ਬਲਕਿ ਐਸੇ ਕਾਰਨਾਂ ਦੇ ਕਾਰਨ ਸਾਨੂੰ ਇਹ ਦੁੱਖ ਹੁੰਦਾ ਹੈ ਕਿ ਅੱਜ ਪੁਲਿਸ ਪ੍ਰਸ਼ਾਸਨ ਔਰ ਆਸ ਪਾਸ ਦੀ ਦੁਕਾਨਦਾਰਾਂ ਨੂੰ ਵੀ ਕਾਫੀ ਨੁਕਸਾਨ ਝੇਲਣਾ ਪਿਆ। ਪੁਲਿਸ ਨੇ ਬੜੀ ਅੱਛੀ ਵਿਵਸਥਾ ਕੀ ਹੈ, ਸੁਰੱਖਿਆ ਕੀਤੀ ਹੈ, ਲੇਕਿਨ ਉਸਦੇ ਕਾਰਨ ਐਸੇ ਕੁਛ ਲੋਕਾਂ ਦੇ ਕਾਰਨ ਜਿਹੜੇ ਚੰਦ ਲੋਕ ਹੈ ਜਿਹੜਾ ਦੀ ਬੜੀ ਕੋਝੀ ਮਾਨਸਿਕਤਾ ਹੈ, ਆਪਣੀ ਇਸ ਕੋਝੀ ਮਾਨਸਿਕਤਾ ਦੇ ਲਈ ਜਿਹੜੇ ਇਹ ਸਾਰੇ ਕੰਮ ਕਰ ਰਹੇ ਨੇ, ਇਸ ਦੀ ਮੈਂ ਘੋਰ ਨਿੰਦਾ ਕਰਦਾ। ਔਰ ਮੈਂ ਸਾਰੇ ਮੀਡੀਆ ਦੇ ਰਾਹੀਂ ਪੰਜਾਬ ਦੀ ਸਾਰੀ ਸਮੂਹ ਕਿਸਾਨ ਜਥੇਬੰਦੀ ਸਮਾਜਿਕ ਸੰਸਥਾਵਾਂ ਨੂੰ ਮੈਂ ਇਹ ਭਰੋਸਾ ਦਿਵਾਉਂਦਾ ਕਿ ਸੰਘ ਪੰਜਾਬ ਪੰਜਾਬੀਅਤ ਔਰ ਦੇਸ਼ ਦੇ ਨਾਲ ਹੈ, ਕਿਸਾਨਾਂ ਦੇ ਨਾਲ ਹੈ। ਔਰ ਇਸ ਤਰ੍ਹਾਂ ਦੇ ਜਿਹੜੇ ਲੋਕ ਹੈ ਜਿਹੜੇ ਕਿਸਾਨਾਂ ਦੇ ਨਾਂ 'ਤੇ ਆਪਣੀ ਪਾਰਟੀ ਦੀ ਆਪਣੀ ਵਿਚਾਰਧਾਰਾ ਦੀ ਰਾਜਨੀਤੀ ਕਰ ਰਹੇ ਨੇ, ਇਹਨਾਂ ਤੋਂ ਸੁਚੇਤ ਰਹਿਣ। ਆਪਣੀ ਸੰਗਠਨ ਦੇ 'ਚ ਐਸੇ ਲੋਕਾਂ ਨੂੰ ਬਾਹਰ ਕੱਢਣੇ ਚਾਹੀਦੇ ਨੇ, ਔਰ ਮੀਡੀਆ ਨੂੰ ਵੀ ਮੈਂ ਕਹਾਂਗਾ ਕਿ ਐਸੇ ਲੋਕਾਂ ਨੂੰ ਐਕਸਪੋਜ਼ ਕਰਨਾ ਚਾਹੀਦਾ।